ਲਕਮਾਂ ਦੇ ਤਰੂੰਗਾ ਹੈ ਫਿਰ ਮੈਂ ਮਜੀਠੀਆ ਵੀ ਉਹ ਭਤੀਜਾ ਹੀ ਹੈ ਅੱਛਾ ਜੀ ਠੀਕ ਦੀ ਗੱਲ ਹੈ ਹੋਰ ਕਹਿੰਦੇ ਕਿ ਜਾ ਉਹ ਕਿਹੜਾ ਆ ਗਿਆ ਕੋਈ ਵਪਾਰੀ ਹੈ ਵਿਚਾਰਨ ਜੀ ਚੰਨੀ ਤੇ ਨਵਜੋ ਸਿੱਧੂ ਕਹਿੰਦੇ ਦਾ 72 25 ਦੀ ਗੇਮ ਸੀ ਕੈਪਟਨ ਦੀ ਤੇ ਬਦਲਾਂ ਦੀ ਇਹ ਸਾਰੇ ਕੁੱਤੇ ਦੇ ਵੱਡੇ ਹੈ ਯਾਰ ਤੂੰ 25 50 ਕਰ ਲੈ ਜੇ ਮਰਜ਼ੀ ਕਰੀ ਜਾ ਮਨਪੀਤ ਬਾਦ ਨੇ ਬਿੰਡੇ ਕੰਮ ਕੀਤੇ ਕੋਈ ਕਿ ਨਹੀਂ ਕੀਤੇ ਜੀ ਉਹ ਦੂਜਾ ਠੱਗੀ ਮਾਰ ਗਿਆ ਕੀ ਕੰਮ ਭੈਣ ਦਾ ਕੀਤਾ ਮਾਰ ਸਾਨੂੰ ਆਪੀ ਨਹੀਂ। ਕਿਉਂ ਬਾਪੂ ਮਨਪੀਰ ਬਾਲ ਕਿਉਂ ਨਹੀਂ ਬਾਨਾ ਜੀ? ਉਹ ਇਹਨੇ ਕਰਤੂਤਾਂ ਗੰਦੀਆਂ ਥੋੜੀਆਂ ਕੀਤੀਆਂ। ਤੁਹਾਨੂੰ ਨਹੀਂ ਪਤਾ ਹੁਣ ਕੀ ਕਰਤੂਤਾਂ ਕੀਤੀਆਂ ਜੀ? ਤੁਸੀਂ ਸਾਨੂੰ ਪੁੱਛਦੇ ਹੋ ਤੁਸੀਂ ਤੁਹਾਨੂੰ ਨਹੀਂ ਪਤਾਗਾ। ਨਹੀਂ ਸਾਨੂੰ ਪਤਾ ਨਹੀਂ ਤਾਂ ਇਹ ਤੁਹਾਨੂੰ ਪੁੱਛਦੇ ਜੀ। ਕਿੰਨੇ ਬੰਦੇ ਮਿਲੇ ਐ? ਨਹੀਂ ਬਾਪੂ ਤੁਸੀਂ ਤੁਹਾਨੂੰ ਕੀ ਲੱਗਦਾ ਕਿਹੜੀਆਂ ਕਰਤੂਤਾਂ ਕੀਤੀਆਂ ਜੀ? ਯਾਰ ਕਈ ਨਹੀਂ ਡਿਸਕਲੋਜ਼ ਕਰਨੀਆਂ ਹੁੰਦੀਆਂ ਤੁਸੀਂ ਨਿਆਣੇ ਹੋ ਜੀ। ਠੀਕ ਹੈ। ਜੇ ਤੁਹਾਡੇ ਮੈਚ्योर ਹੋ ਗਏ ਤਾਂ ਫਿਰ ਤੁਹਾਨੂੰ ਪਤਾ ਕਿਹੜੀਆਂ ਕੀਤੀਆਂ। ਜੀ ਜੀ। ਤੇ ਨਵਜੋਤ ਸਿੱਧੂ ਨੂੰ ਕਿਵੇਂ ਦੇਖਦੇ ਹੋ ਜੀ? ਉਹ ਯਾਰ ਕੁੱਤਾ ਭੌਂਕਦਾ ਹੋ। ਬੰਦਾ ਤਾਂ ਹੈਗਾ ਇਮਾਨਦਾਰ ਜੀ ਬੰਦਾ ਤਾਂ ਹੈਗਾ ਇਮਾਨਦਾਰ ਪਰ ਉਹ ਐ ਨਹੀਂ ਦੇਖਦਾ ਮੈਂ ਮੌਕੇ ਤੇ ਕਿਹੜੇ ਵੇਲੇ ਕੀ ਗੱਲ ਕਹਿਣੀ ਹੈ ਇਹ ਨਹੀਂ ਪਤਾ ਕਿਹੜੇ ਵੇਲੇ ਕੀ ਕਹੇ ਜੇ ਅਗਰੈਸਿਵ ਜ਼ਿਆਦਾ ਉਹ ਹੂੰ ਜੇ ਉਹਦਾ ਦਾ ਲੱਗਿਆ ਛੱਡਦਾ ਉਹ ਵੀ ਨਹੀਂ ਜੀ ਬਸ ਤੂੰ ਚੰਨ ਜੋ ਸਿੱਧੂ ਵੀ ਖਾਊਗਾ ਹੁਣ ਜੇ ਤੁਹਾਡਾ ਕਹਿਣੇ ਭਾਏ ਹੋਰ ਕੀ ਖਾਊਗਾ ਕਾਦੀ ਖਤਰੋ ਪੱਗੇ ਲੰਦੇ ਆ ਉਹ ਕਹਿੰਦਾ ਮੇਰਾ ਤਾਂ ਪੰਜਾਬ ਮਾਰ ਲਾ ਮੈਂ ਪੰਜਾਬ ਦਾ ਸੁਧਾਰ ਕਰ ਦੇਣਾ ਤੈਨੂੰ ਆਪ ਦਾ ਕਰਤਾ ਸਾਹਮਣੇ ਨਹੀਂ ਕਰ ਜੀ ਬਾਪੂ ਜੀ ਤੁਹਾਨੂੰ ਕੀ ਲੱਗਦਾ ਮਨਪੀਤ ਬਾਦਲ ਨੇ ਬ੍ਰਿਟੈਂਡਾ ਦੇ ਕੋਈ ਕੰਮ ਕੀਤਾ ਕਿ ਨਹੀਂ ਜੀ ਆਪਾਂ ਯਾਰ ਬਾਲਾ ਨਹੀਂ ਪਤਾ ਆਪਣਾ ਦੇਸ਼ ਜਿਹੜਾ ਇੰਡੀਆ ਨਾ ਲੋਕ ਰਾਜ ਦੇ ਫਿੱਟ ਨਹੀਂ ਇਹ ਤਾਂ ਛੇਤਰਾਂ ਦੇ ਯਾਰ ਡਿਕਟੇਟਰ ਹੋਵਨੇ ਜਦੋਂ ਅੰਗਰੇਜ਼ਾਂ ਵੇਲੇ ਸੀ ਤੇ ਇਹ ਫੇਰ ਠੀਕ ਹੋਣਗੇ ਤੁਹਾਡਾ ਕਹਿਣਾ ਕਿ ਤਾਨਾਸ਼ਹੀ ਰਾਜ ਆ ਜਾਏ ਇੱਥੇ ਆਪਾਂ ਫੇਰ ਵੱਡੇ ਬਾਦਲ ਨੂੰ ਕਿਵੇਂ ਵੇਚਦੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਆਪਣੇ 25 ਸਾਲ ਪੰਜਾਬ ਦੇ ਵਿੱਚ ਮੁੱਖ ਮੰਤਰੀ ਰਹੇ ਹਨ ਪੰਜ ਵਾਰ ਦੇ ਮੁੱਖ ਮੰਤਰੀ ਉਹਨੇ ਕੀ ਕੰਮ ਕੀਤਾ ਜੀ ਪਹਿਲਾਂ ਦਾ ਚੰਗਾ ਜੀ ਉਹਦਾ ਬੇੜਾ ਪਾਤਾ ਉਹਦੇ ਮੁੰਡੇ ਤੇ ਉਹਦੇ ਮੁੰਡੇ ਸਾਰੇ ਖੜਦਾ ਪਾਣੀ ਦਾ ਕਹਾਣ ਕੀਤਾ ਜਿਹਨਾਂ ਨੇ ਰਾਜਨੀਤਿਕਾਂ ਜੰਨੇ ਆ ਸਿੱਖਾਂ ਦਾ ਕਰਤਾ ਕਹਾਣੇ ਨਾਲ ਕੋਈ ਬੱਚਾ ਕੰਮ ਕਰਨ ਚੋਗਾ ਛੱਡਿਆ ਹੀ ਨਹੀਂ ਇਹਨਾਂ ਨੇ ਜੀ ਇਹ ਤਾਂ ਬਸ ਦਾਵਾ ਕਰਦੇ ਆ ਕਿ ਸਿੱਖ ਹਦੇਸ਼ੀਆ ਸੀ ਉਹਨਾਂ ਜੋ ਬੱਚੇ ਜਾਏ 10 ਦੇਣ ਵਾਲੇ ਰਹਿ ਆ ਵੀ ਸਾਲਸ਼ ਇੰਨੀ ਡਿਗਰੀ ਕਰੀ ਫਿਰਦੇ ਆ ਵੀ ਤੂੰ ਕਰਕੇ ਦੱਸ ਕੀ ਕਰ ਲੇਗਾ ਜੀ ਬੱਚਿਆਂ ਦਾ ਹੌਸਲਾ ਹੋਣ ਵਾਲਿਆਂ ਦਾ ਸਾਰੀ ਜਵਾਨੀ ਇਹਨਾਂ ਨੇ ਨਸ਼ਟ ਕਰਤੀ ਜੀ ਪਰ ਇਹ ਤਾਂ ਹਤੈਸ਼ੀ ਨੇ ਕਿ ਸਿੱਖ ਕੋਮ ਦੇ ਨੇ ਫਕਰੇ ਕੋਮ ਦਾ ਵੀ ਨਾਮ ਮਿਲਿਆ ਵੱਡੇ ਬਾਦਲ ਸਿੰਘ ਜੀ ਫਕਰੇ ਕੰਮ ਆਪਦੇ ਕੋਲ ਨਹੀਂ ਲੈ ਲੈਣਾ ਇਹਨਾਂ ਨੇ ਜੀ ਕੋਲ ਹੋਇਆ ਇਹਨਾਂ ਦੇ ਨਾਮ ਜੀ ਆ ਬਾਲੇ ਜੀ ਨੂੰ ਨਾਮ ਦਿੱਤਾ ਹੀ ਇੱਥੇ ਉਹਨੇ ਚਾਰ ਬੱਚਿਆਂ ਨੂੰ ਦਵਾਤੀ ਨੌਕਰੀ ਬਾਕੀ ਪੰਜਾਬ ਕਿੱਧਰ ਗਿਆ ਤੇ ਬਿਕਰ ਮੀਠਿਆ ਜਿਹੇ ਇਲਜ਼ਾਮ ਲੱਗੇ ਸੀ ਨਸ਼ੇ ਦੇ ਉਹ ਕਿਵੇਂ ਦੇਉ ਜੀ ਉਹ ਬਿਲਕੁਲ ਸਹੀ ਹੈ ਜੀ ਜੀ ਉਹ ਤਾਂ ਪਹਿਲਾਂ ਤੋਂ ਅੰਮ੍ਰਿਤਸਰ ਦੇ ਵਪਾਰੀ ਗਨੇ ਵੀ ਆਪਣੇ ਉਹ ਤਾਂ ਬਾਕੀ ਹੈ ਹੀ ਬੰਦਰਗਾਹ ਦੇ ਮਾਲਕ ਉਹਨਾਂ ਕੋਲ ਕੀ ਨਹੀਂ ਆਇਆ ਜੀ ਜੀ ਤੇ ਸੁਖਵੀਰ ਸਿੰਘ ਬਾਦਲ ਤੁਸੀਂ ਕਿਵੇਂ ਇਦਿਆਂ ਅਕਾਲੀ ਦਲ ਦਾ ਬੁਹਿਖ ਹੈਗਾ ਕਿ ਨਹੀਂ ਜੀ ਉਹ ਉਹਦਾ ਇੱਕ ਬੱਚਾ ਵੱਡੇ ਘਰਾਂ ਦੇ ਬੱਚੇ ਜਿਹੇ ਹੁੰਦੇ ਹੈਗੇ ਉਹ ਜਿਹਾ ਹੈਗਾ ਠੀਕ ਹੈ ਜੀ ਉਹ ਆਪਾਂ ਨੇ ਪੁਰਾਣੇ ਇਤਿਹਾਸ ਹੈਗੇ ਜੈਲਦਾਰਾਂ ਦੇ ਬੱਚਿਆਂ ਦੇ ਉਹਵੇਂ ਜਿਵੇਂ ਹੋ ਜਾਂਦੇ ਆ ਤੇ ਮਨਪੀਰ ਬਾਲ ਨੇ ਬਠਿੰਡੇ 'ਚ ਕੰਮ ਕੀਤਾ ਜੀ ਕੋਈ ਦੇਖੋ ਜੀ ਕੰਮ ਦਾ ਸਾਂਝੇ ਜੋ ਵਿੱਤ ਮੰਤਰੀ ਆਪਦੇ ਜ਼ਿਲ੍ਹੇ ਨੇ ਕਰਨਾ ਹੀ ਇਹਨਾਂ ਨੇ ਵੋਟਾਂ ਲੈਣ ਦੇ ਜੀ ਵੋਟ ਕੰਮ ਕਰਿਆ ਤਾਂ ਤਾਂ ਹੀ ਕਰ ਜਾਂਦੇ ਕਾਲੇ ਮਲੇ ਤੇ 2022 ਦੇ ਵਿੱਚ ਕੌਣ ਐਮਐਲਏ ਬਣੇਗਾ ਬਠਿੰਡਾ ਤੋਂ ਜੀ ਇਹ ਕੋਈ ਪਤਾ ਨਹੀਂ ਬੱਚੀ ਆਉਣ ਵਾਲੀ ਪੀੜ੍ਹੀ ਬਦਲ ਚਾਹੁੰਦੀ ਹੈ